ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਆਏ ਹਾਂ ਇੱਕ ਦੁਖੀ ਕਿਸਾਨ ਕੋਲ, ਜਿਹਦਾ ਕਿ ਕੱਲ੍ਹ ਹੀ ਟਰਾਂਸਫਾਰਮਰ ਲਿਆ, ਚੋਰੀ ਹੋਇਆ। ਇਹ ਆਮ ਗੱਲਾਂ ਹੋ ਰਹੀਆਂ ਪਿੰਡਾਂ ਵਿੱਚ, ਬਹੁਤ ਲੋਕਾਂ ਦੇ ਟਰਾਂਸਫਾਰਮਰ ਲੈ ਰਿਹਾ, ਹਰ ਇੱਕ ਘਰ ਦਾ ਟਰਾਂਸਫਾਰਮਰ ਲਗਭਗ ਚੋਰੀ ਹੋ ਚੁੱਕਿਆ। ਆਓ ਕਰਦੇ ਫਿਰ ਆਪਾਂ ਗੱਲ ਔਰ ਸੁਣਦੇ ਇਹਨਾਂ ਦਾ ਦੁੱਖ ਇਹਨਾਂ ਦੇ ਮੂੰਹ ਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ, ਸਿਹਤ ਠੀਕ ਹੈ ਤੁਹਾਡੀ? ਸਿਹਤ ਬਹੁਤ ਵਧੀਆ ਜੀ, ਪਰ ਮੇਰੇ ਖੇਤ ਨਹੀਂ ਠੀਕ। ਖੇਤ ਨਹੀਂ ਠੀਕ, ਕਿਵੇਂ? ਚਲੋ ਆ ਜਾਓ, ਤੁਹਾਨੂੰ ਮੈਂ ਬੈਠ ਕੇ ਸਮਝਾਉਣਾ। ਚਲੋ ਦੇਖੋ ਜੀ, ਰਾਤ ਮੈਂ ਫੱਟੀ ਲਾ ਕੇ ਗਿਆ ਉਹ, ਹਾਂਜੀ, ਤੇ ਸ਼ੀਂ ਛੱਡ ਗਿਆ ਵੀ ਰਾਤ ਨੂੰ ਲਾਈਟ ਆਉਣੀ ਹੈ ਤੇ ਕੋਈ ਦੋ ਕਿਆਰੇ ਲੱਗ ਜਾਣਗੇ, ਤੇ ਰਾਤ ਨੂੰ ਕੋਈ ਟਰਾਂਸਫਾਰਮ ਲਾ ਕੇ ਲੈ ਗਿਆ, ਉਹ ਮੇਰੀ ਕੱਲੀ ਫੱਟੀ ਲੱਗੀ ਰਹਿ ਗਈ। ਚੋਰਾਂ ਨੂੰ ਕਿਹੜਾ ਕਿਸੇ ਨਾਲ ਹਮਦਰਦੀ ਹੁੰਦੀ ਹੈ ਯਾਰ। ਹਾਂਜੀ, ਤੁਸੀਂ ਖੜੋ, ਮੈਂ ਮੰਜਾ ਲਿਆਵਾਂ। ਠੀਕ ਹੈ ਜੀ। ਬੈਠੋ ਪੱਤਰਕਾਰ ਸਾਹਿਬ, ਬੈਠੋ। ਮੈਂ ਤੁਹਾਡੀ ਇੱਥੇ ਇੱਕ ਵੀਡੀਓ ਦੇਖ ਕੇ ਆਇਆ ਜੀ। ਦਰਸ਼ਕੋ, ਮੈਂ ਚਾਹੁੰਦਾ ਪਹਿਲਾਂ ਤੁਸੀਂ ਵੀ ਉਹ ਵੀਡੀਓ ਦੇਖ ਲਓ ਤੇ ਫਿਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ। ਤਾਂ ਬੋਲ ਓਏ, ਓਏ ਅੱਖਾਂ ਦਾ ਖੋਲ ਬਾਈ, ਓਏ ਬੋਲੇ ਵੀ ਕਿੱਥੋਂ, ਇਹ ਤੇਰਾ ਦਿਲ ਕੱਢ ਕੇ ਚੋਰ ਲੈ ਗਏ ਓਏ, ਐਡਾ ਚੰਗਾ ਹੁੰਦਾ ਸੀ ਬਾਈ ਓਏ, ਕਦੇ ਵੀ ਫਿਉਜ ਨਹੀਂ ਉਹ ਡਾਇਆ ਸੀ ਤੂੰ, ਸਾਡੀ ਮੋਟਰ ਰੰਡੀ ਕਰ ਗਿਆ ਵਾ ਬਾਈ, ਬਹਿ ਜੇ ਓਏ ਬੇੜਾ ਚੋਰਾਂ ਦਾ ਬੇੜਾ ਬਹਿ ਜੇ, ਜਿਹੜੇ ਤੈਨੂੰ ਲਾ ਕੇ ਸਿੱਟ ਗਏ ਓਏ, ਭੋਰਾ ਤਰਸ ਨਹੀਂ ਖਾਧਾ ਬਾਈ ਓਏ ਤੇਰੇ ਤੇ, ਟਰਾਂਸਫਾਰਮ ਵੀ ਤਾਂ ਗਾਵਾਂ ਵਰਗੇ ਹੀ ਹੁੰਦੇ ਨੇ, ਇਹਨਾਂ ਵਿਚਾਰਿਆਂ ਨੇ ਕਿਹੜਾ ਮੂੰਹੋਂ ਬੋਲਣਾ, ਤੇਰੇ ਨੇ ਹੱਥੇ 'ਤੇ ਵਾਰ ਕਰ ਦਿਓ ਬਾਈ, ਇਹ ਡਰਪੋਕ ਕਿਸਮ ਦੇ ਚੋਰ ਸੀ ਜੇ, ਐਡੇ ਹੀ ਤਕੜੇ ਸੀ ਤੈਨੂੰ ਦੱਸ ਕੇ ਆਉਂਦੇ, ਜਦੋਂ ਝੋਨੇ ਦਾ ਸੀਜ਼ਨ ਆ ਜਾਣਾ ਤੇਰੇ 'ਤੇ ਲਹਿਦੀ ਜਵਾਨੀ ਚੜ੍ਹ ਜਾਂਦੀ ਸੀ, 16-16 ਘੰਟੇ ਤੂੰ ਐਂ ਡਟ ਕੇ ਕੰਮ ਕਰਦਾ, ਕਦੇ ਨਹੀਂ ਥੱਕਦਾ ਸੀ ਬਾਈ ਓਏ, ਓਏ ਮਜਾਲ ਆ ਬਾਈ, ਜੇ ਕਦੇ ਫਿਉਜ ਵੀ ਡਾਇਆ ਹੋਵੇ ਓਏ, ਕਿੱਥੋਂ ਲੈ ਕੇ ਆਵਾਂਗੇ ਤੈਨੂੰ, ਕਿੱਥੋਂ ਲੈ ਕੇ ਆਊਂਗਾ ਮੈਂ ਬਾਈ ਓਏ, ਹਾਏ। ਹਾਂਜੀ ਦੋਸਤੋ, ਤੁਸੀਂ ਵੀਡੀਓ ਦੇਖ ਲਈ ਹੋਣੀ ਹੈ, ਆਪਾਂ ਕਰਦੇ ਹੁਣ ਇਹਨਾਂ ਨਾਲ ਗੱਲਬਾਤ, ਕੀ ਆ ਉਹ ਵੀਡੀਓ ਦੱਸ ਲਈ ਸੱਚ। ਹਾਂਜੀ ਸੱਚ ਬਾਈ, ਐਵੇਂ ਆ ਵੀ ਉਹ ਰਾਤ ਲੈ ਗਿਆ ਸੀਗਾ ਟਰਾਂਸਫਾਰਮਰ, ਅਤੇ ਮੈਂ ਹੁਣ ਤੁਹਾਨੂੰ ਪਤਾ ਵੀ ਜੱਟ ਦਾ ਟਰਾਂਸਫਾਰਮਰ ਨਾ ਮੋਟਰ ਨਾ ਖੇਤਾਂ ਨਾ ਮਾਂ ਪਿਓ ਵਾਲਾ ਰਿਸ਼ਤਾ ਹੀ ਹੁੰਦਾ ਹੈ, ਅਤੇ ਮੈਂ ਜਦੋਂ ਸੁਬਹਾ ਖੇਤ ਆਇਆ ਅਤੇ ਮੈਂ ਵੇਖਿਆ ਵੀ ਮੇਰਾ ਟਰਾਂਸਫਾਰਮ ਐਂ ਸਿੱਟਿਆ ਪਿਆ ਲਾਹ ਕੇ, ਹੈ ਨਾ, ਅਤੇ ਮੇਰਾ ਮਨ ਭਾਵਕ ਹੋ ਗਿਆ, ਮੈਂ ਬੈਠ ਕੇ ਉੱਥੇ ਵੀ ਰੋਣ ਲੱਗ ਗਿਆ, ਅਤੇ ਉਹ ਸਾਡੇ ਦੂਜੇ ਮੁੰਡੇ ਨੇ ਵੀਡੀਓ ਬਣਾ ਕੇ ਬਈ ਨੈੱਟ 'ਤੇ ਚਾੜ੍ਹਤੀ, ਅਤੇ ਉਹ ਤੁਸੀਂ ਵੇਖ ਲਈ ਹੋਣੀ ਹੈ, ਅਤੇ ਵੇਖ ਕੇ ਵੀਡੀਓ ਤੁਸੀਂ ਆ ਗਏ। ਹਾਂਜੀ ਹਾਂਜੀ, ਮਸਲਾ ਇਹ ਹੈ। ਕੀ ਲੱਗਦਾ ਜੀ ਤੁਹਾਨੂੰ, ਇਹ ਮਸਲਾ ਇੰਨਾ ਜ਼ਿਆਦਾ ਹੀ ਵੱਧ ਕਿਉਂ ਰਿਹਾ, ਕੀ ਇਹਨਾਂ ਨੂੰ ਕੋਈ ਬਿਜਲੀ ਦਾ ਡਰ ਨਹੀਂ? ਡਰ ਬਾਈ ਕੀ ਹੋਣਾ ਯਾਰ, ਹੁਣ ਮੰਨ ਕੇ ਚੱਲੋ ਵੀ ਜਿਹੜਾ ਜ਼ਿਮੀਂਦਾਰ ਬੰਦਾ ਹੈ, ਮੰਨ ਕੇ ਚੱਲੋ ਮੈਂ ਹਾਂ, ਜਿਵੇਂ ਮੈਨੂੰ ਨਹੀਂ ਪਤਾ ਵੀ ਉਹ ਟਰਾਂਸਫਾਰਮ ਤਾਂਬੇ ਦਾ ਜਾਂ ਅਲਮੂਨੀਅਮ ਦਾ, ਹੈ ਨਾ, ਜਾਂ ਉਹ ਕਿਹੋ ਜਿਹਾ ਕਾਹਦਾ, ਹੈ ਨਾ, ਉਹਨਾਂ ਨੂੰ ਸਾਰਾ ਪਤਾ ਹੁੰਦਾ ਬਾਈ ਵੀ ਆਹ ਅਲਮੂਨੀਅਮ ਦਾ, ਆਹ ਤਾਂਬੇ ਦਾ, ਜਿਵੇਂ ਕੋਈ ਉਹਨਾਂ ਨੂੰ ਸਰਕਾਰ ਨੇ ਟ੍ਰੇਨਿੰਗ ਦੇ ਕੇ ਛੱਡਿਆ ਹੋਵੇ, ਹੈ ਨਾ, ਜਾਂ ਵੀ ਕੋਈ ਐਸਟੀਮੇਟ ਲਾ ਕੇ ਦਿੱਤਾ ਹੋਵੇ ਬਈ ਆਹ ਫਲਾਨੇ ਥਾਂ ਤੁਸੀਂ ਅੱਜ ਅਲਮੂਨੀਅਮ ਦਾ ਟਰਾਂਸਫਾਰਮ ਹੈ ਤਾਂਬੇ ਦਾ, ਇਹਨੂੰ ਲਾ ਕੇ ਲਿਆਉਣਾ, ਅਤੇ ਜਾਂ ਬਈ ਕੋਈ ਕੀ ਕਹਿ ਸਕਦੇ, ਹੁਣ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਅਤੇ ਚੋਰਾਂ ਨੂੰ ਸਾਡੇ ਨਾਲੋਂ ਵੱਧ ਪਤਾ, ਨਾਲੇ ਉਹਨਾਂ ਨੂੰ ਸਾਨੂੰ ਮੰਨ ਕੇ ਚੱਲ ਵੀ ਰਾਤ ਹੁਣ ਆਏ ਸੀਗਾ ਵੀ ਲਾਈਟ ਆਉਣੀ ਆ, ਅਤੇ ਲਾਈਟ ਰਾਤ ਨਹੀਂ ਆਉਣੀ ਸੀ, ਮੈਨੂੰ ਪਤਾ ਨਹੀਂ ਲੱਗਿਆ ਸੁਬਹਾ ਲੱਗਿਆ ਵੀ ਲਾਈਟ ਨਹੀਂ ਆਈ, ਅਤੇ ਉਹਨਾਂ ਨੂੰ ਰਾਤ ਹੀ ਪਤਾ ਲੱਗ ਗਿਆ ਅਤੇ ਲਾਹ ਕੇ ਲੈ ਗਏ, ਸੋ ਇਸ ਕਰਕੇ ਬਈ ਸਾਨੂੰ ਘੱਟ ਪਤਾ ਹੁੰਦਾ, ਚੋਰਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੁੰਦਾ। ਇਹ ਬੜਾ ਗੰਭੀਰ ਮਸਲਾ ਬਣਿਆ ਹੋਇਆ ਜੀ ਅੱਜ ਕੱਲ੍ਹ ਤਾਂ, ਤੁਹਾਨੂੰ ਕਿਵੇਂ ਕੁਛ ਪਤਾ ਚੱਲਿਆ ਚੋਰਾਂ ਦਾ? ਚੋਰਾਂ ਦਾ ਬਈ ਯਾਰ ਸਾਨੂੰ ਹੁਣ ਕੀ ਪਤਾ ਲੱਗਣਾ, ਨਾ ਜਦੋਂ ਪੁਲਿਸ ਨੂੰ ਨਹੀਂ ਪਤਾ ਲੱਗਦਾ ਤਾਂ ਸਾਨੂੰ ਕੀ ਲੱਗਣਾ, ਬੈਠੇ ਹੋਣਾ ਕਿਸੇ MLA ਦੀ ਕੋਠੀ 'ਚ, ਲਾਈ ਜਾਂਦੇ ਹੋਣੇ ਪੈੱਗ ਬੈਠੇ, ਹੋਰ ਕੀ ਹੋਣਾ। ਬਾਕੀ ਅੱਜ ਕੱਲ੍ਹ ਤਾਂ ਸਾਰੇ MLA ਵੀ ਹਿੱਸਾ ਲੈਣ 'ਚ ਜ਼ਿਆਦਾ ਥੋੜ੍ਹਾ ਜਿਹਾ ਮਰੁੱਝੇ ਵੇ ਆ, ਬੇੜਾ ਗਰਕਿਆ ਪਿਆ ਬਈ ਸਰਕਾਰ ਦਾ। ਮੈਂ ਤਾਂ ਚੋਰ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਈ, ਜਿਹਦਾ ਉਹ
सरकार तो साड़ी मानती नहीं है ना, पुलिस भी नहीं मानती, चोर भीर ही साड़ी माड़ी मोटी मान लैन भी जिदा ट्रांसफार्म एक बार ला के लै जाते उन्होंने एक डेढ़ साल बख्श दया कर ता जो बंदा सैट हो जाए है ना फसल पाल ले। हूँ साल से जो दो बार ही लै जाता है, मेरा दो बार ही लह गया ट्रांसफार्म, मैं औखा बई है ना। तो जेडे तार ला खोल के ले जाते वढ़ के ले जाते मेरे वीर, वो मान के चलो भी जोड़ लाने जोगी बहर छड़ दया कर किसान जो बिच सड़ देंदे ना तो सारी मोटर बई जी बहर कढ़नी पैंदी है ना। एक बई जी होर बेनती है भी जी तार वढ़ के ले जाते है ना, चलो जो उन्होंने काम आ करना ही उन्होंने तो वो यार आप देना किसी टिकाने जाके मेरे बई वढ़ मचा लिया कर जाके यार पिछे जो साडा मंजा ही मचा गए, वह साड़ी तार वढ़ के सारे घर दियाँ कट्ठिया करके साडे मंजे नूं अग लाती कला तांबा लै गए कढ़ के विचों साडा सारा मंजा बई मचा गए, असीं बहन खड़न नूं औखे हुंदे आ। ते साडी चोर वीर ही सुन लैण मेरे बई गलबात, सरकार दा तां असीं हुण कहना छड्डिया, इन्हां दा तां बीड़ा गर्क होया बई। हाँ जी वो तो गल मैं तुहाडी समझ गई, पर आह एक गल नहीं समझ लगी, MLA दी कोठी च बह के पग किवें लाउंदे? पग बई मैं समझाउणा तुहानूं, जिहड़ी पहलां सरकारां सीगीआं मैं नहीं आता भी वह दुध धोते साफ दिल के बंदे सी नेक बंदे है ना, पर उन्होंने जिहड़े बंदे नूं सीटां दित्तियां बई जी वह घरों रज्जे पुजे सीगे, वह किसी मन के चलो तकड़ी सामी जां फैक्टरी च हथ पाउंदे सी, माड़ी चीज़ नूं हथ नहीं पाउंदे सी। इन्हां ने बई जी जिहड़ी हुण वाली सरकार है जिन्हां पल्ले कख नहीं गा, तो हुण बई जी लोटू टोला बनिया, लुट्टां ते लक बधा वा इन्हां दा, ना कोई सड़क ते गरीब मजदूरी करके जिहड़े लंघदे आ शाम नूं उन्हां नूं लंघण दिंदे आ, उन्हां दे एवें टिफिन खोल खोल वेखी जांदे आ, कोई ट्राले वाला कोई मजदूरी करदा कोई फैक्ट्री 'च ट्राला लग्गा किसी दा उहनूं नहीं लंघण दिंदे, पुलिस तों रेड पवा दिंदे आ वी पैसे लवांगे, इन्हां दा बई जी बेड़ा होया पिया गर्क। तुहाडे हिसाब नाल फिर ये गल्लां दा जिम्मेवार कौण है? ये गल्लां दे जिम्मेवार बई जी असीं खुद आप हैं, असीं जदों इन्हां दे वोटां पैण तों पहलां कोई कंध नहीं छड्डी पोस्टर लाते, असी बौकरां झाड़ू महंगे कराते, हुरल हुरल मचाती बई जी, असी डांगा वाले तो असी आप हैं बई जी। हुण मेरी गल सुनो, साडे घरां च इक बजुर्ग आ वह बेचारा बंजे ते पिया, उहने मैनू गल सुनाई, उहदा पुत इन्हां दा बदला किन्ना करेंदा हजे पूरा नहीं होया। मैं कहा बदला? कहिंदा आहो बदला ही लई जांदे आ इह। मैं कहा बदला नहीं, उहनूं बदला आंदे आ वी मन के चल वी वक्खरी चीज़ करती इहनां ने बदलती है ना, दुनिया बदलता पंजाब नूं। उन्होंने मैं तो सोचा भी कितने जेडे लोगों ने इन्हों वोटा पाइया उन्होंने कोई गलती करती तो खनी बदला ही लई जाते उन्होंने सरकार है ना, मैं तो क्या कितने वो बदला तो लोग तो ए हो पे बई जी बजुर्गों तो हूँ ए लगा भी बदला लई जाते, बदला बदला नहीं आया कोई, ये बदला लई जाए किसी गल का, ये सरकार का काम होया पाया हूँ। पर लोग तो कहते सरकार ईमानदार है, ईमानदार भी मान लें सरकार का, मान के चलो जोड़ा एक बंदा मुढ़ है वह मान लें भी ईमानदार है, तो जेडे बाकी चिब कढ़ी आ बई उन्होंने तो ईमानदारी वाला कोई कण कंडा ही है नहीं गा, उन्होंने तो लोगों के घटती जड़ फुल। हाँ हाँ सरकार का कहना, पर भी आम लोगों लिए सरकार है साड़ी ये बई जी आप पार्टी नहीं, ये हुण बन चुकी है पाप पार्टी, कोई भी ये किसी मान के चलो बख्श नहीं रहे इस समय। हुण मान के चलो कोई शाम को बंदा मजदूरी करके जाता है ना, अख घोड़े रेड़े वाला बंदा किन्नी कमाउंदा होऊ तुहाडे हिसाब नाल हत्थ नूं है ना, मन के चलो आमदन वह जे शाम नूं घरे जांदा तां इन्हां दे बंदे छड्डे वे आ बई उहनूं घेर लैंदे, हाँ बई दस किन्ने कमाया, उह अगला गरीब कहिंदा बई 500 कमाया 200 रुपया दे ते नहीं तेरे ते परचा दर्ज करावांगे वी तूं घोड़े नाल मन के चलो वी घोड़े नूं तंग करदा, घोड़े ते तूं बोझ ढोना, आह कम्म आ इह सरकार दे। तां तुहाडे हिसाब नाल फिर हुण इहनां दा हल की है? हल बई जी इहनां दा इक्को ही आ, आपां नूं सियाणे होणा पऊगा। एक ना तुसी सुनिया होना बैंत की डांग आउंदी आ, उहनूं सरों दे तेल च डबो के रख देन 15-20 दिन, ओह मन के चलो भी पूरी जदों तार हो गई उहनूं कढ लैण बाहर, वह ना तो बई जी लत तोड़े तो ना उहदे नाल लहू निकले, बस पिंजनी तो थले आ वेखी बई पिंजनी तो थले तो गिट्टे तो इन्ने थां च मारी जाण, जिवें ट्राली नहीं बांडो बांडो मिट्टी उत्तों की ट्राली लंघती तो वह मिट्टी दल दल जी बन जाती, बस आ मास होने पिल पिल कर ला देना। तो इन्हों का हल यो ही है भी जदों कोई लीडर मन के चलो पिंड दे विच आउंदा है ना घरे आउंदा वोट मंगण, डांग कौले ना ला के रख लो लोको, तो इन्हां दे बस डांग वाहो, तो एक जिहड़े आ मूहरे पिंड दे विच मन के चलो हुंदे आ मोहतवार जे इवें तुरे फिरदे कोई कम नहीं करनी है ना, इन्हां नूं भी जरूर मरे बैठे खिचो माड़ा मोटा फिर ही लोट होगा कम, ऊँ कोई हल नहीं। हाँ जी थोनू की लग रहा है जो चोर चोरिया कर रहे हैं भी ये नशा दे बाबत कर रहे हैं?
ਉਹ ਨਸ਼ੇ ਹੀ ਕਰਨੇ ਆ ਬਾਈ, ਹੋਰ ਉਹਨਾਂ ਨੇ ਕੀ ਦੱਸੋ, ਨਸ਼ੇ ਕਰਕੇ ਕਰਦੇ ਆ ਕੁਛ, ਸਰਕਾਰਾਂ ਦਾ ਮੰਨ ਕੇ ਚੱਲੋ ਹਿੱਸਾ ਵਿੱਚ ਉਹਦੇ ਵੀ, ਮੰਨ ਕੇ ਚੱਲੋ ਕੋਈ 10,000 ਦੀ ਰੋਜ਼ ਦੀ ਚੋਰੀ ਕਰਦਾ ਇੱਕ ਚੋਰ, ਵਿੱਚੋਂ 5-4 ਹਜ਼ਾਰ ਰੁਪਇਆ ਉਹਨਾਂ ਦਾ ਹੋਊਗਾ, 1,000 ਪੁਲਿਸ ਦਾ ਹੋਊਗਾ, ਹੈ ਨਾ। ਇਹ ਚੀਜ਼ਾਂ ਹੁੰਦੀਆਂ ਹੁਣ। ਬਾਕੀ ਤੁਸੀਂ ਦੇਖ ਲਓ ਸਰਕਾਰ ਦਾ ਤਾਂ ਇੱਥੋਂ ਤੱਕ ਵੀ ਆ, ਜਿਹੜਾ ਹੁਣ ਤੁਸੀਂ ਮਨਸੂਰਵਾਲ ਦਾ ਸੁਣਿਆ ਹੀ ਹੋਣਾ, ਫੈਕਟਰੀ ਆ ਸ਼ਰਾਬ ਫੈਕਟਰੀ, ਵੀ ਇਹਦੇ ਵਿੱਚ ਵੇਖ ਲਓ ਵੀ ਸ਼ਰੇਆਮ ਲੋਕਾਂ ਨੇ ਵਿਖਾਤਾ ਬਾਈ ਸਾਡੇ ਬੋਰ ਵਿੱਚ ਦੀ ਪਾਣੀ ਖਰਾਬ ਪਾਣੀ ਆ ਰਿਹਾ, ਪਾਣੀ ਸਾਡਾ ਦੂਸ਼ਿਤ ਹੋ ਗਿਆ, ਸਾਡੇ ਬੱਚੇ ਬਿਮਾਰ ਹੋਈ ਜਾਂਦੇ ਆ, ਸਾਡੇ ਪਸ਼ੂ ਮਰੀ ਜਾਂਦੇ ਆ, ਸਾਡੇ ਲੋਕ ਵੀ ਮੰਨ ਕੇ ਚੱਲੋ ਅਪਾਹਜ ਹੋ ਰਹੇ ਆ ਸਾਡਾ, ਹੈ ਨਾ। ਕੋਈ ਹੱਲ ਕਰ ਦਿਓ, ਇੰਨੇ ਲੋਕਾਂ ਨੇ ਧਰਨੇ ਲਾਏ ਉੱਥੇ, ਹੈ ਨਾ। ਪੁਲਿਸ ਕੀ ਕਰੀ ਜਾਂਦੀ ਆ, ਪੁਲਿਸ ਅਤੇ ਸਰਕਾਰ ਦਾ ਕੰਮ ਵੇਖ ਲਓ ਵੀ ਡਾਂਗਾ ਮਾਰੀ ਜਾਂਦੀ ਉਹਨਾਂ ਦੇ, ਉਹਨਾਂ ਦਾ ਕੋਈ ਨਹੀਂ ਸੁਣ ਰਿਹਾ ਗਾ। ਸਰਕਾਰ ਨੂੰ ਚਾਹੀਦਾ ਵੀ ਨਾ ਤਾਂ ਹੁਣ ਲੋਕਾਂ ਨੇ ਕਹਿਤਾ ਵੀ ਜਿਹੜਾ ਉੱਥੇ ਪਾਣੀ ਗੰਧਲਿਆ ਵੀ ਜਾਂ ਤਾਂ ਸਰਕਾਰ ਦੇ ਬੰਦੇ ਜਾਂ ਕੋਈ ਪੁਲਿਸ ਦਾ ਵੱਡਾ ਬੰਦਾ ਅਹੁਦੇਦਾਰ ਉਹਨੂੰ ਪੀ ਲਏ ਤਾਂ ਲੋਕ ਪਿੱਛੇ ਹਟ ਜਾਣ, ਨਾ ਤਾਂ ਉਹਨੂੰ ਬਾਈ ਜੀ ਪੀਂਦੇ ਆ ਅਤੇ ਨਾ ਉਹਦੇ 'ਤੇ ਕੋਈ ਐਕਸ਼ਨ ਲੈਂਦੇ, ਉਹਨੂੰ ਬੰਦ ਕਰਾਉਂਦੇ ਆ। ਬਸ ਸਰਕਾਰ ਆਪਦੀ ਅੜੀ ਹੋਈ ਆ, ਜਿਹਦੇ ਉੱਤੇ ਕੋਈ ਕਿਸਾਨਾਂ ਦਾ ਸੁਣ ਨਹੀਂ ਰਹੀਗੀ। ਹਾਂਜੀ, ਹੁਣ ਫਿਰ ਲਾਸਟ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ? ਸਰਕਾਰ ਬਾਰੇ ਬਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਇੱਕ ਤਾਂ ਜਿਹੜੀ ਮੰਨ ਕੇ ਚੱਲੋ ਇੰਨਾ ਲੋਕ ਪੜ੍ਹੀ ਲਿਖੀ ਜਾਂਦੇ ਆ, ਹੈ ਨਾ, ਇਹਨਾਂ ਦਾ ਕੋਈ ਨੌਕਰੀ ਦਾ ਹੱਲ ਕਰਨ, ਤਾਂ ਜੋ ਲੋਕਾਂ ਦਾ ਮੰਨ ਕੇ ਚੱਲੋ ਬਾਹਰ ਜਾਣ ਦਾ ਰੁਝਾਨ ਘਟੇ, ਹੈ ਨਾ। ਹੁਣ ਸਾਡੇ ਮੰਨ ਕੇ ਚੱਲੋ ਵੀ ਆਏ ਮਹੀਨੇ, ਸਾਡੇ ਪਿੰਡ ਦੀ ਗੱਲ ਦੱਸਦਾ ਤੁਹਾਨੂੰ ਮੈਂ, 10-12 ਜਾਣੇ ਮੁੰਡੇ ਕੁੜੀਆਂ ਬਾਹਰ ਜਾਂਦੇ ਆ ਬਾਈ ਜੀ, ਹੈ ਨਾ, ਆਪਦਾ ਵਤਨ ਛੱਡ ਕੇ ਜਾਂਦੇ ਆ, ਨਾਲੇ ਪੈਸਾ ਬਾਹਰਲੇ ਦੇਸ਼ ਨੂੰ ਜਾਈ ਜਾਂਦਾ, ਆਪਣੇ ਮੰਨ ਕੇ ਚੱਲੋ ਕੋਈ ਨੌਕਰੀ ਹੈ ਨਹੀਂ ਤਾਂ ਹੀ ਜਾਂਦੇ ਆ, ਅਤੇ ਜੇ ਇੱਥੇ ਕੋਈ ਨੌਕਰੀ ਦਾ ਹੱਲ ਹੋਵੇ ਤਾਂ ਲੋਕ ਬਾਹਰ ਕਿਉਂ ਜਾਣ, ਹੈ ਨਾ। ਇਹ ਚੀਜ਼ ਚਾਹੀਦੀ ਆ ਸਰਕਾਰ ਨੂੰ। ਇੱਕ ਚਾਹੀਦਾ ਬਾਈ ਜੀ ਆ, ਜਿਹੜਾ ਨਸ਼ਾ ਚੱਲੀ ਜਾਂਦਾ ਬਹੁਤ ਜ਼ਿਆਦਾ, ਇਹਨਾਂ 'ਤੇ ਕੋਈ ਠੱਲ ਪਾਈ ਜਾਵੇ। ਰੋਜ਼ ਕਿੰਨੇ ਨੌਜਵਾਨ, ਹੈ ਨਾ, ਮੁੰਡੇ ਕੁੜੀਆਂ ਵੀ ਚਲੋ ਹੁਣ ਤਾਂ ਇਹ ਚੀਜ਼ ਨਸ਼ਾ ਇਹ ਕਰਦੀਆਂ, ਚਿੱਟਾ ਚੁੱਟਾ ਪੀਂਦੀਆਂ, ਬਹੁਤ ਮਰੀ ਜਾਂਦੀਆਂ ਮੁੰਡੇ ਵੀ, ਅਤੇ ਇਹਦਾ ਕੋਈ ਹੱਲ ਹੋਵੇ, ਸਰਕਾਰ ਆ ਇਹਦੇ 'ਤੇ ਕੋਈ ਸਖ਼ਤ ਕਦਮ ਲਵੇ, ਕੋਈ ਮੰਨ ਕੇ ਚੱਲੋ ਕੋਈ ਵਧੀਆ ਕਾਨੂੰਨ ਬਣਾਵੇ, ਕੋਈ ਇਹੋ ਜਿਹਾ ਵੀ ਇਹਨੂੰ ਐਂ ਬੰਦ ਕਰ ਦਿੱਤਾ ਜਾਵੇ, ਤਾਂ ਜੋ ਸਾਡੀ ਜਵਾਨੀ ਖਾਤਮ ਨਾ ਹੋਵੇ, ਮਾਵਾਂ ਨਾ ਰੋਣ, ਹੈ ਨਾ, ਕਿਸੇ ਦੇ ਪੁੱਤ ਨਾ ਮਰਨ, ਤਾਂ ਕਿਸੇ ਦਾ ਘਰ ਖਾਲੀ ਨਾ ਹੋਵੇ। ਦੂਜੀ ਗੱਲ ਬਾਈ ਜੀ ਇੱਕ ਹੋਰ ਹੈ ਵੀ ਮੰਨ ਕੇ ਚੱਲੋ ਜਿਵੇਂ ਹੁਣ ਸਾਡੇ ਟਰਾਂਸਫਾਰਮਰ ਲੈਂਦੇ ਆ, ਕਿਸਾਨਾਂ ਬਾਰੇ ਜ਼ਰੂਰ ਸਰਕਾਰ ਸੋਚੇ ਵੀ ਕੋਈ ਪੁਲਿਸ ਦੀ ਡਿਊਟੀ ਲਾ ਦੇ ਰਾਤ ਨੂੰ, ਵੀ ਕੋਈ ਸੜਕ 'ਤੇ ਹੂਟਰ ਮਾਰ ਕੇ ਗੇੜੇ ਕੱਢਦਿਆ ਕਰਨ, ਇੱਕ ਦੋ ਇੰਨੇ ਨਹੀਂ ਚੋਰਾਂ ਨੂੰ ਡਰ ਬਣਿਆ ਰਹਿੰਦਾ, ਅਤੇ ਪੁਲਿਸ ਮੇਰਾ ਵੀਰ ਇੰਨੀ ਕੁ ਮੇਰੀ ਸਰਕਾਰ ਸੁਣ ਲਏ ਵੀ ਤੂੰ ਥੋੜ੍ਹਾ ਬਹੁਤ ਕਰੇ ਕੁਛ ਨਾ ਕੁਛ, ਹੈ ਨਾ। ਬਸ ਮੇਰਾ ਤਾਂ ਇੰਨਾ ਕੀ ਹੈ ਜੀ, ਬਸ ਇੰਨੀ ਕੁ ਮੇਰੀ ਬੇਨਤੀ ਸੁਣ ਲਏ ਸਰਕਾਰ, ਮਿਹਰਬਾਨੀ ਹੈ। ਹਾਂਜੀ ਦੋਸਤੋ, ਆਪਾਂ ਇਹ ਕਿਸਾਨ ਵੀਰ ਦਾ ਦਰਦ ਸੁਣਿਆ, ਇਹੋ ਜਿਹੇ ਲੱਖਾਂ ਕਿਸਾਨ ਹੋਰ ਹੈਗੇ ਆ ਜਿਨ੍ਹਾਂ ਨਾਲ ਇਹ ਘਟਨਾ ਵਾਪਰਦੀਆਂ ਰਹਿੰਦੀਆਂ ਨੇ, ਅਤੇ ਮੈਂ ਚਾਹੁੰਦਾ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਆਪਣੀ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਅਤੇ ਆਮ ਸਾਰੇ ਲੋਕਾਂ ਤੱਕ ਪਹੁੰਚੇ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇੱਦਾਂ ਦੀਆਂ ਹੋਰ ਵੀਡੀਓਜ਼ ਮਿਲ ਸਕਣ। ਧੰਨਵਾਦ।